ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ। ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਵੱਧਦੇ ਹਾਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ। ਖੁਸ਼ਖਬਰੀ, ਹੁਣ ਟਰਾਂਸਜੈਂਡਰ ਵੀ ਕਰ ਸਕਣਗੇ ਪਲੱਸ ਭਰਤੀ ਦੇ ਲਈ ਅਪਲਾਈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਦਿੱਤੀ ਵੱਡੀ ਰਾਹਤ। ਤਾਂ ਦੋਸਤੋ, ਟਰਾਂਸਜੈਂਡਰ ਵੀ ਚੰਡੀਗੜ੍ਹ ਪੁਲਿਸ ਦੇ ਕਾਂਸਟੇਬਲ ਭਰਤੀ ਪ੍ਰਕਿਰਿਆ ਦੇ ਵਿੱਚ ਹਿੱਸਾ ਲੈ ਸਕਣਗੇ। ਇਹ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਟਰਾਂਸਜੈਂਡਰ ਦੁਆਰਾ ਭਰਤੀ ਪ੍ਰਕਿਰਿਆ ਦੇ ਵਿੱਚ ਹਿੱਸਾ ਲੈਣ ਦੇ ਲਈ ਦਾਇਰ ਪਟੀਸ਼ਨ 'ਤੇ ਦਿੱਤਾ ਹੈ। ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਪਟੀਸ਼ਨਰ ਨੂੰ ਅੰਤਰਿਮ ਰਾਹਤ ਦੇਣ ਅਤੇ ਉਸ ਨੂੰ ਟਰਾਂਸਜੈਂਡਰ ਵਜੋਂ ਅਰਜ਼ੀ ਦੇਣ ਦੇ ਹੁਕਮ ਦਿੱਤੇ ਹਨ। ਫਾਰਮ ਭਰਨ ਵੇਲੇ ਨਹੀਂ ਸੀ ਟਰਾਂਸਜੈਂਡਰ ਕੌਲਮ। ਪਟੀਸ਼ਨਰ ਨੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਉਸ ਨੇ 20 ਮਈ 2023 ਨੂੰ ਚੰਡੀਗੜ੍ਹ ਪੁਲਿਸ ਦੇ ਵਿੱਚ ਕਾਂਸਟੇਬਲ ਦੀਆਂ ਅਸਾਮੀਆਂ ਅਤੇ ਭਰਤੀ ਸੰਬੰਧੀ ਇਸ਼ਤਿਹਾਰ ਦੇਖਿਆ ਸੀ। ਹੋਰ ਇੱਛਕ ਉਮੀਦਵਾਰਾਂ ਦੇ ਵਾਂਗ ਉਹ ਵੀ ਅਪਲਾਈ ਕਰਨਾ ਚਾਹੁੰਦਾ ਸੀ, ਪਰ ਫਾਰਮ ਭਰਨ ਵੇਲੇ ਪਤਾ ਲੱਗਾ ਹੈ ਕਿ ਇਸ ਵਿੱਚ ਕੋਈ ਟਰਾਂਸਜੈਂਡਰ ਕੌਲਮ ਨਹੀਂ ਸੀ। ਪਰ ਤਾਜ਼ਾ ਹੁਕਮਾਂ ਦੇ ਅਨੁਸਾਰ ਹੁਣ ਟਰਾਂਸਜੈਂਡਰ ਚੰਡੀਗੜ੍ਹ ਪੁਲਿਸ ਦੇ ਵਿੱਚ ਭਰਤੀ ਹੋ ਸਕਣਗੇ। ਅਗਲੀ ਖਬਰ ਆ, ਰਜਿਸਟਰੀਆਂ ਕਰਵਾਉਣ ਵਾਲਿਆਂ ਦੇ ਲਈ ਆਈ ਅਹਿਮ ਖਬਰ। ਬੀਤੇ ਦਿਨੀ ਵਿਜੀਲੈਂਸ ਦੇ ਵੱਲੋਂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਸੂਚੀ ਜਾਰੀ ਕਰਨ ਨੂੰ ਲੈ ਕੇ ਰੋਲ ਵਿੱਚ ਆਏ ਅਧਿਕਾਰੀਆਂ ਨੇ ਹੜਤਾਲ ਕਰ ਦਿੱਤੀ ਸੀ। ਮਾਹੌਲ ਨੂੰ ਸ਼ਾਂਤ ਕਰਨ ਦੇ ਲਈ ਪੰਜਾਬ ਰੈਵਨਿਊ ਆਫੀਸਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਧੰਮ ਦੀ ਅਗਵਾਈ ਦੇ ਹੇਠਾਂ ਪੰਜਾਬ ਦੇ FCR ਦੇ ਨਾਲ ਚੰਡੀਗੜ੍ਹ ਵਿਖੇ ਇਸ ਮਸਲੇ ਨੂੰ ਲੈ ਕੇ ਅਹਿਮ ਮੀਟਿੰਗ ਹੋਈ ਹੈ, ਜਿਸ ਦੇ ਵਿੱਚ ਸਮੁੱਚੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੇ ਆਪਣਾ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਇਹਨਾਂ ਵਿੱਚ ਬਿਨਾਂ ਸਬੂਤਾਂ ਅਤੇ ਬਿਨਾਂ ਤੱਥਾਂ ਦੇ ਆਧਾਰ ਤੋਂ ਇਨਪੁੱਟ ਦੇ ਆਧਾਰ 'ਤੇ ਕਿਸੇ ਅਧਿਕਾਰੀ ਨੂੰ ਭ੍ਰਿਸ਼ਟ ਅਧਿਕਾਰੀਆਂ ਦੀ ਸੂਚੀ ਦੇ ਵਿੱਚ ਸ਼ਾਮਲ ਕਰਨਾ ਬੇਹੱਦ ਹੀ ਸ਼ਰਮਨਾਕ ਗੱਲ ਹੈ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ, ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ 'ਤੇ ਨਵੇਂ ਜੁੜੇ ਹਨ ਅਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟੇ ਵਾਲੇ ਬਟਨ ਨੂੰ ਦੱਬ ਕੇ ਆਲ 'ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਅੰਡਰਗਰਾਊਂਡ ਹੁਣ ਤੋਂ ਬਾਅਦ ਪੰਨੂ ਦੀ ਨਵੀਂ ਵੀਡੀਓ ਜਾਰੀ, ਕਿਹਾ ਨਿੱਜਰ ਦਾ ਲਵੇਗਾ ਬਦਲਾ। ਤਾਂ ਦੋਸਤੋ, ਕੈਨੇਡਾ ਦੇ ਸਰੀ ਦੇ ਵਿੱਚ ਮਾਰੇ ਗਏ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਅੰਡਰਗਰਾਊਂਡ ਹੋ ਚੁੱਕੇ ਸਿੱਖ ਫੋਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਦੇ ਵਿੱਚ ਅੱਤਵਾਦੀ ਪੰਨੂ ਆਪਣੇ ਸਾਥੀ ਅੱਤਵਾਦੀ ਨਿੱਜਰ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਕਰ ਰਿਹਾ ਅਤੇ ਉਸਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਧਮਕੀ ਦਿੱਤੀ ਹੈ। ਵੀਡੀਓ ਦੇ ਵਿੱਚ ਅੱਤਵਾਦੀ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਯਾਦ ਕਰੋ ਰਾਜੀਵ ਗਾਂਧੀ ਨੂੰ ਅਤੇ 1991 ਚੋਣਾਂ ਦਾ ਦੌਰ। 2024 ਦੇ ਵਿੱਚ ਖਾਲਿਸਤਾਨ ਸਮਰਥਕ ਸਿੱਖਾਂ ਨੇ ਤੈਨੂੰ ਲੱਭ ਲੈਣਾ ਹੈ ਅਤੇ ਅਸੀਂ ਖੁੱਲ੍ਹੇਆਮ ਘੁੰਮ ਰਹੇ ਹਾਂ ਅਤੇ ਜੇਕਰ ਤੇਰੀ ਸਰਕਾਰ ਦੇ ਵਿੱਚ ਦਮ ਹੈ ਤਾਂ ਕੱਢੋ ਬਾਹਰ। ਅੱਜ ਵੀ ਅਸੀਂ ਵਾਸ਼ਿੰਗਟਨ DC ਦੇ ਬਾਹਰ ਖੜ੍ਹੇ ਅਤੇ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੁਰੱਖਿਆ ਸਲਾਹਕਾਰ ਅਜੀਤ ਡੋਪਾਲ ਸੁਣੋ ਰੈਫਰੈਂਡਮ ਦੇ ਨਾਲ ਅਸੀਂ ਵੱਖਰਾ ਪੰਜਾਬ ਲੈ ਕੇ ਰਵਾਂਗੇ। ਅਤੇ ਇਸ ਵੀਡੀਓ ਨੂੰ ਅੱਤਵਾਦੀ ਪੰਨੂ ਨੇ ਗ੍ਰੀਨ ਸਕਰੀਨ ਦੇ ਅੱਗੇ ਖੜ੍ਹੇ ਹੋ ਕੇ ਬਣਾਇਆ ਹੈ, ਪਰ ਇਸ ਦੇ ਬਾਵਜੂਦ ਖੁਦ ਨੂੰ ਵਾਸ਼ਿੰਗਟਨ DC ਦੇ ਬਾਹਰ ਖੜ੍ਹੇ ਹੋਣ ਦੀ ਗੱਲ ਕਰ ਰਿਹਾ ਅਤੇ ਉੱਥੇ ਅੱਤਵਾਦੀ ਪੰਨੂ ਬੀਤੇ 3 ਦਿਨਾਂ ਤੋਂ ਅੰਡਰਗਰਾਊਂਡ ਹੈ। ਅਗਲੀ ਖਬਰ ਹੈ, 10ਵੀਂ ਪਾਸ ਕਰਨ ਵਾਲਿਆਂ ਦੇ ਲਈ ਸਰਕਾਰੀ ਨੌਕਰੀਆਂ ਪਾਸ ਕਰਨੀ ਹੋਵੇਗੀ ਇਹ ਪ੍ਰੀਖਿਆ। ਸਰਕਾਰੀ ਨੌਕਰੀ ਕਰਨ ਦੀ ਇੱਛਾ ਬਹੁਤ ਗਿਣਤੀ ਨੌਜਵਾਨਾਂ ਦੀ ਹੁੰਦੀ ਹੈ। ਸਰਕਾਰੀ ਨੌਕਰੀ ਪ੍ਰਾਪਤ ਕਰਨਾ ਕੋਈ ਆਸਾਨ ਗੱਲ ਨਹੀਂ ਹੈ। ਹਰ ਅਹੁਦੇ ਦੇ ਲਈ ਇੱਕ ਨਿਰਧਾਰਿਤ ਯੋਗਤਾ ਹੁੰਦੀ ਹੈ ਅਤੇ ਇਸਦੇ ਨਾਲ ਕੁਝ ਇੱਕ ਹੋਰ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਅਤੇ ਇਸੇ ਸੰਬੰਧ ਦੇ ਵਿੱਚ ਅੱਜ ਅਸੀਂ 10ਵੀਂ ਪਾਸ ਨੌਜਵਾਨਾਂ ਦੇ ਲਈ ਕੇਂਦਰ ਸਰਕਾਰ ਦੇ ਅਧੀਨ ਮਿਲ ਸਕਣ ਵਾਲੀਆਂ ਸਰਕਾਰੀ ਨੌਕਰੀਆਂ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ 10ਵੀਂ ਪਾਸ ਨੂੰ ਗਰੁੱਪ C ਦੇ ਅਹੁਦਿਆਂ ਦੇ ਉੱਤੇ ਨੌਕਰੀ ਮਿਲਦੀ ਹੈ, ਜਿਸ ਦੇ ਅਧੀਨ ਮਲਟੀ ਟਾਸਕਿੰਗ ਸਟਾਫ ਦੇ ਵਜੋਂ ਨੌਕਰੀ ਮਿਲ ਸਕਦੀ ਹੈ ਅਤੇ ਇਸ ਲਈ ਹਰ ਸਾਲ SSC ਯਾਨੀ ਕਿ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਵੱਲੋਂ ਇੱਕ ਪੇਪਰ ਲਿਆ ਜਾਂਦਾ ਹੈ ਅਤੇ ਜਿਸ ਨੂੰ SSC MTS ਪ੍ਰੀਖਿਆ ਕਿਹਾ ਜਾਂਦਾ ਹੈ ਅਤੇ ਇਸ ਪੇਪਰ ਨੂੰ ਪਾਸ ਕਰਕੇ ਨੌਕਰੀ ਮਿਲ ਜਾਂਦੀ ਹੈ। ਅਗਲੀ ਖਬਰ ਹੈ, ਆਧਾਰ ਕਾਰਡ ਵਰਤਣ ਵਾਲਿਆਂ ਦੇ ਲਈ ਆਈ ਜ਼ਰੂਰੀ ਸੂਚਨਾ।
ਜਿਨ੍ਹਾਂ ਲੋਕਾਂ ਦੇ ਆਧਾਰ ਨੂੰ 10 ਸਾਲ ਤੋਂ ਵੱਧ ਹੋ ਚੁੱਕੇ ਹਨ ਅਤੇ ਉਹ ਛੇਤੀ ਤੋਂ ਛੇਤੀ ਆਪਣਾ ਆਧਾਰ ਕਾਰਡ ਅਪਡੇਟ ਕਰਵਾ ਲਓ। ਵਧੀਕ ਡਿਪਟੀ ਕਮਿਸ਼ਨਰ ਪਾਣੀਪਤ ਨੇ ਦੱਸਿਆ ਕਿ ਵੱਖ ਵੱਖ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਲੈਣ ਦੇ ਲਈ ਆਧਾਰ ਕਾਰਡ ਜ਼ਰੂਰੀ ਹੈ ਅਤੇ ਅਜਿਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਣ ਦੇ ਲਈ ਛੇਤੀ ਤੋਂ ਛੇਤੀ ਆਪਣੇ ਆਧਾਰ ਦੇ ਵਿੱਚ ਦਸਤਾਵੇਜ਼ਾਂ ਨੂੰ ਅਪਡੇਟ ਕਰਵਾ ਲਓ। ਅਤੇ ਉਹਨਾਂ ਦਾ ਕਹਿਣਾ ਹੈ ਕਿ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ 14 ਸਤੰਬਰ 2023 ਤੱਕ ਆਧਾਰ ਦੇ ਵਿੱਚ ਮੁਫ਼ਤ ਔਨਲਾਈਨ ਆਧਾਰ ਦਸਤਾਵੇਜ਼ ਅਪਡੇਟ ਕਰਨ ਦੀ ਸਹੂਲਤ ਦਿੱਤੀ ਹੈ। ਇਸ ਸਮੇਂ ਦੌਰਾਨ ਵਸਨੀਕਾਂ ਤੋਂ ਪਛਾਣ ਦੇ ਸਬੂਤ ਅਤੇ ਆਧਾਰ ਵਿੱਚ ਪਤੇ ਦੇ ਸਬੂਤ ਦੇ ਔਨਲਾਈਨ ਅਪਡੇਟ ਕਰਨ ਦੇ ਲਈ ਕੋਈ ਫੀਸ ਨਹੀਂ ਲਈ ਜਾਵੇਗੀ। ਉਹਨਾਂ ਦਾ ਕਹਿਣਾ ਹੈ ਕਿ ਉਹ ਖੁਦ ਵੀ ਆਧਾਰ ਪੋਰਟਲ ਦੇ ਰਾਹੀਂ ਆਪਣੇ ਦਸਤਾਵੇਜ਼ ਅਪਡੇਟ ਕਰਵਾ ਸਕਦੇ ਹਨ ਅਤੇ ਇਸ ਤੋਂ ਪਹਿਲਾਂ ਲੋਕਾਂ ਨੂੰ ਆਧਾਰ ਪੋਰਟਲ 'ਤੇ ਆਪਣੇ ਦਸਤਾਵੇਜ਼ਾਂ ਨੂੰ ਅਪਡੇਟ ਕਰਨ ਦੇ ਲਈ ₹25 ਦੇਣੇ ਪੈਂਦੇ ਸਨ ਅਤੇ ਇਹ ਸੇਵਾ ਸਿਰਫ ਆਧਾਰ ਪੋਰਟਲ 'ਤੇ ਮੁਫ਼ਤ ਹੈ ਅਤੇ ਉਸੇ ਆਧਾਰ ਕੇਂਦਰ 'ਤੇ ₹50 ਦੀ ਫੀਸ ਅਦਾ ਕਰਨੀ ਪਵੇਗੀ। ਅਗਲੀ ਖਬਰ ਦਾ ਰੁੱਖ ਕਰਦੇ ਆ, ਭਾਖੜਾ ਨਹਿਰ ਦੇ ਵਿੱਚ ਟਰੈਕਟਰ ਡਿੱਗਣ ਦੇ ਨਾਲ ਵਾਪਰਿਆ ਵੱਡਾ ਹਾਦਸਾ। ਸੰਗਰੂਰ ਦੇ ਵਿੱਚ ਭਾਖੜਾ ਨਹਿਰ ਦੇ ਵਿੱਚ ਟਰੈਕਟਰ ਡਿੱਗਣ ਦੇ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ ਅਤੇ ਇਸ ਹਾਦਸੇ ਦੇ ਵਿੱਚ ਟਰੈਕਟਰ ਸਵਾਰ 10 ਔਰਤਾਂ ਨਹਿਰ ਵਿੱਚ ਡਿੱਗ ਗਈਆਂ ਅਤੇ ਜਿਨ੍ਹਾਂ ਦੇ ਵਿੱਚੋਂ 13 ਸਾਲਾ ਲੜਕੀ ਸਮੇਤ 2 ਔਰਤਾਂ ਡੁੱਬ ਗਈਆਂ ਹਨ। ਜਾਣਕਾਰੀ ਦੇ ਅਨੁਸਾਰ ਟਰੈਕਟਰ ਦੇ ਵਿੱਚ ਸਵਾਰ ਮਜ਼ਦੂਰ ਔਰਤਾਂ ਖੇਤਾਂ ਦੇ ਵਿੱਚ ਝੂਨਾ ਲਾਉਣ ਜਾ ਰਹੀਆਂ ਸਨ ਅਤੇ ਇਸ ਦੌਰਾਨ ਟਰੈਕਟਰ ਆਪਣਾ ਸੰਤੁਲਨ ਗਵਾ ਬੈਠਾ ਅਤੇ ਨਹਿਰ ਦੇ ਵਿੱਚ ਡਿੱਗ ਗਿਆ ਅਤੇ ਇਸ ਦੇ ਨਾਲ ਹੀ ਰੌਲਾ ਪਾਉਣ 'ਤੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਜਿਨ੍ਹਾਂ ਨੇ ਡਰਾਈਵਰ ਅਤੇ 7 ਔਰਤਾਂ ਨੂੰ ਮੌਕੇ 'ਤੇ ਬਚਾ ਲਿਆ, ਜਦਕਿ 2 ਔਰਤਾਂ ਅਤੇ 1 13 ਸਾਲਾ ਬੱਚੀ ਉਹ ਡੁੱਬ ਗਿਆ। ਗੋਤਾਖੋਰ 3 ਦੀ ਭਾਲ ਵਿੱਚ ਲੱਗ ਚੁੱਕੇ ਹਨ ਪਰ ਹਜੇ ਤੱਕ ਉਹਨਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ ਅਤੇ ਸੂਚਨਾ ਮਿਲਦੇ ਮੌਕੇ 'ਤੇ ਪੁਲਿਸ ਪਹੁੰਚ ਚੁੱਕੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੋਗਾ ਤੋਂ ਵੱਡੀ ਖਬਰ, 2 ਬੱਚਿਆਂ ਦੇ ਪਿਤਾ ਨੂੰ ਖੇਤਾਂ ਦੇ ਵਿੱਚ ਕੰਮ ਕਰਦੇ ਪਿਆ ਕਰੰਟ, ਹੋਈ ਮੌਤ। ਤਾਂ ਦੋਸਤੋ ਇੱਥੋਂ ਇੱਕ ਦੁਖਦਾਈ ਖਬਰ ਹੈ, ਸਾਹਮਣੇ ਆਈ ਹੈ ਪਿੰਡ ਹਿੰਮਤਪੁਰਾ ਦੇ ਖੇਤ ਮਜ਼ਦੂਰ ਦੇ ਕੰਮ ਕਰਦਾ ਬਿਜਲੀ ਦਾ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ ਹੈ। ਖੇਤ ਮਜ਼ਦੂਰ ਅਵਤਾਰ ਸਿੰਘ ਔਰ ਫਨਿਕਾ ਦਾ ਖੇਤ ਵਿੱਚ ਕੰਮ ਕਰਦੇ ਇਹ ਵੱਡਾ ਹਾਦਸਾ ਵਾਪਰ ਗਿਆ, ਜਿਸ ਦੇ ਨਾਲ ਉਹਦੀ ਜਾਨ ਚਲੀ ਗਈ। ਉਹ ਆਪਣੇ ਪਿੱਛੇ ਪਤਨੀ, 2 ਬੱਚੇ, ਬਜ਼ੁਰਗ ਮਾਤਾ ਪਿਤਾ ਨੂੰ ਛੱਡ ਗਿਆ ਅਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਗੁਰਮੁਖ ਸਿੰਘ ਹਿੰਮਤਪੁਰਾ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਅਗਲੀ ਵੱਡੀ ਖਬਰ ਆ ਰਹੀ ਹੈ, ਬਿਜਲੀ ਮੰਤਰੀ ਹਰਭਜਨ ਸਿੰਘ ETO ਨੇ ਦਫ਼ਤਰ ਦੀ ਕੀਤੀ ਅਚਨਚੇਤ ਚੈਕਿੰਗ। ਇਸ ਮੁਹੱਲਾ ਕਲੀਨਿਕ ਰਾਜਦੀਪ ਨਗਰ ਦੇ ਵਾਸੀਆਂ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਇਹ ਆਪਣੇ ਜੀਵਨ ਵਿੱਚ ਪਹਿਲੀ ਵਾਰ ਦੇਖਿਆ ਕਿ ਕਿਸੇ ਮੰਤਰੀ ਦੇ ਵੱਲੋਂ ਮੌਕੇ ਦੇ ਉੱਤੇ ਸਮੱਸਿਆ ਦੇ ਹੱਲ ਦੇ ਲਈ ਸਖ਼ਤ ਆਦੇਸ਼ ਕੀਤੇ ਗਏ ਹਨ ਅਤੇ ਜਿਸ ਉੱਤੇ ਮੁਹੱਲਾ ਵਾਸੀਆਂ ਦੇ ਵੱਲੋਂ ਤਸੱਲੀ ਪ੍ਰਗਟਾਈ ਗਈ ਅਤੇ ਇਸ ਉਪਰੰਤ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ETO ਨੇ ਵਿਧਾਇਕ ਦਿਨੇਸ਼ ਚੱਡਾ ਦੇ ਨਾਲ ਨਹਿਰੀ ਵਿਸ਼ਰਾਮ ਘਰ ਦੇ ਵਿਖੇ ਮੁਲਾਕਾਤ ਕੀਤੀ ਅਤੇ ਹਲਕਾ ਰੂਪਨਗਰ ਦੀਆਂ ਸੜਕਾਂ ਅਤੇ ਹੋਰ ਵਿਕਾਸ ਕਾਰਜਾਂ ਨੂੰ ਯਕੀਨੀ ਕਰਨ ਦਾ ਭਰੋਸਾ ਦਿੱਤਾ ਹੈ। ਦਿਨੇਸ਼ ਚੱਡਾ ਦੇ ਵੱਲੋਂ ਆਉਣ ਵਾਲੇ ਸਾਉਣ ਦਾ ਮਹੀਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਭੂਰੀ ਵਾਲੇ ਮੰਦਰ ਦੇ ਰਸਤੇ ਨੂੰ ਠੀਕ ਕਰਨ ਦਾ ਮਾਮਲਾ ਵੀ ਕੈਬਨਿਟ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਸ ਉਪਰੰਤ ਉਹਨਾਂ ਦੇ ਵੱਲੋਂ ਜਲਦ ਇਸ ਰਸਤੇ ਨੂੰ ਠੀਕ ਕਰਨ ਦੇ ਹੁਕਮ ਜਾਰੀ ਕੀਤੇ ਗਏ। ਕਾਲਾ ਝੋਨਾ ਲਗਾ ਕੇ ਕਿਸਾਨ ਕਰ ਸਕਦੇ ਚੋਖੀ ਕਮਾਈ, ₹500 ਪ੍ਰਤੀ ਕਿਲੋ ਵਿਕ ਰਿਹਾ, ਜਾਣੋ ਲਗਾਉਣ ਦਾ ਤਰੀਕਾ। ਤਾਂ ਦੋਸਤੋ ਭਾਰਤੀ ਕਿਸਾਨਾਂ ਨੂੰ ਹੁਣ ਪਤਾ ਲੱਗ ਗਿਆ ਕਿ ਜੇਕਰ ਉਹ ਖੇਤੀ ਤੋਂ ਮੁਨਾਫਾ ਕਮਾਉਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਅਜਿਹੀ ਫਸਲ ਬੀਜਣੀ ਪਵੇਗੀ ਜਿਸ ਦੀ ਮੰਡੀ ਦੇ ਵਿੱਚ ਭਾਰੀ ਮੰਗ ਵੀ ਹੋਵੇ ਅਤੇ ਇਸ ਨੂੰ ਵੇਚਣ ਦਾ ਚੰਗਾ ਮੁੱਲ ਵੀ ਮਿਲੇ। ਅਜਿਹੀ ਹੀ ਇੱਕ ਫਸਲ ਕਾਲੇ ਚੌਲਾਂ ਦੀ, ਇਸ ਨੂੰ ਖੇਤੀਬਾੜੀ ਦੇ ਖੇਤਰ ਦੇ ਵਿੱਚ ਬਹੁਤ ਸਾਰੇ ਲੋਕ ਕਾਲਾ ਸੋਨਾ ਵੀ ਕਹਿੰਦੇ ਹਨ ਅਤੇ ਔਸ਼ਧੀ ਗੁਣਾਂ ਦੇ ਨਾਲ ਭਰਪੂਰ ਹੈ। ਇਸ ਚੌਲਾਂ ਦੇ ਵਿੱਚ ਕਈ ਅਜਿਹੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਕਿ ਕਿਸੇ ਹੋਰ ਚੌਲਾਂ ਦੇ ਵਿੱਚ ਨਹੀਂ ਪਾਏ ਜਾਂਦੇ। ਅਤੇ ਅੱਜ ਅਸੀਂ ਤੁਹਾਨੂੰ ਇਸ ਚੌਲਾਂ ਦੀ ਕਾਸ਼ਤ ਅਤੇ ਇਸ ਦੇ ਬਾਰੇ, ਜਾਣੀ ਕਿ ਇਸ ਦੇ ਲਾਭ ਬਾਰੇ ਦੱਸਾਂਗੇ। ਕਾਲੇ ਝੋਨੇ ਦੀ ਖੇਤੀ ਕਿਵੇਂ ਹੁੰਦੀ ਹੈ? ਕਾਲੇ ਝੋਨੇ ਦੀ ਕਾਸ਼ਤ ਆਮ ਝੋਨੇ ਦੇ ਵਾਂਗ ਹੀ ਹੁੰਦੀ ਹੈ ਅਤੇ ਇਸ ਦੀ ਨਰਸਰੀ ਮਈ ਦੇ ਵਿੱਚ ਲਗਾਈ ਜਾਂਦੀ ਹੈ ਅਤੇ ਇਸ ਦੀ ਲੁਆਈ ਜੂਨ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ। ਇਸ ਦੇ ਨਾਲ ਹੀ ਇਸ ਦੀ ਫਸਲ ਲਗਭਗ 5 ਤੋਂ ਲੈ ਕੇ 6 ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦੀ ਹੈ। ਭਾਰਤ ਵਿੱਚ ਇਸ ਵੇਲੇ ਇਹ ਮਣੀਪੁਰ, ਅਸਾਮ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ ਅਤੇ ਕਈ ਹੋਰ ਰਾਜਾਂ ਦੇ ਵਿੱਚ ਲਗਾਇਆ ਜਾ ਰਿਹਾ ਹੈ। ਹਾਲਾਂਕਿ ਇਹ ਮੁੱਖ ਤੌਰ 'ਤੇ ਮਣੀਪੁਰ ਅਤੇ ਅਸਾਮ ਦੇ ਵਿੱਚ ਉਗਾਇਆ ਜਾਂਦਾ। ਕਾਲੇ ਝੋਨੇ ਤੋਂ ਤਿਆਰ ਕੀਤੇ
ਕਾਲੇ ਚੌਲਾਂ ਦੇ ਮੰਡੀ ਵਿੱਚ ਬਹੁਤ ਮੰਗ ਹੈ ਕਿਉਂਕਿ ਇਸ ਵਿੱਚ ਵਿਟਾਮਿਨ ਬੀ, ਵਿਟਾਮਿਨ ਈ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਜ਼ਿੰਕ ਅਤੇ ਕਈ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਹਨ। ਕਾਲੇ ਝੋਨੇ ਦੀ ਬਾਜ਼ਾਰ ਦੇ ਵਿੱਚ ਕੀ ਹੈ ਕੀਮਤ? ਜੇਕਰ ਮੰਡੀ ਦੇ ਵਿੱਚ ਕਾਲੇ ਝੋਨੇ ਤੋਂ ਪੈਦਾ ਹੋਏ ਕਾਲੇ ਚੌਲਾਂ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 400 ਤੋਂ ਲੈ ਕੇ 500 ਰੁਪਏ ਪ੍ਰਤੀ ਕਿਲੋ ਤੱਕ ਆਸਾਨੀ ਦੇ ਨਾਲ ਵਿਕ ਜਾਂਦਾ ਹੈ। ਤਾਂ ਦੂਜੇ ਪਾਸੇ ਜੇਕਰ ਤੁਸੀਂ ਬਾਜ਼ਾਰ ਦੇ ਵਿੱਚ ਸਧਾਰਨ ਚੌਲ ਵੇਚਣ ਦੇ ਲਈ ਜਾਓ ਤਾਂ ਸ਼ਾਇਦ ਹੀ ਤੁਹਾਨੂੰ 30 ਤੋਂ ਲੈ ਕੇ 40 ਰੁਪਏ ਪ੍ਰਤੀ ਕਿਲੋ ਦਾ ਭਾਅ ਮਿਲੇਗਾ। ਵਿਧਾਨ ਸਭਾ ਦੇ ਵਿੱਚ ਸਿੱਖੀ ਦਾ ਮਜ਼ਾਕ ਉਡਾਉਣ 'ਤੇ ਮਜੀਠੀਆ ਨੇ ਘੇਰੀ ਆਪ ਸਰਕਾਰ, ਸੀਐਮ ਦੇ ਵਾਈਕਾਟ ਦਾ ਦਿੱਤਾ ਸੱਦਾ। ਤਾਂ ਦੋਸਤੋ, ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਨੂੰ ਘੇਰਿਆ ਅਤੇ ਉਹਨਾਂ ਨੇ ਆਪ ਸਰਕਾਰ ਨੂੰ ਸਵਾਲ ਪੁੱਛਿਆ ਕਿ ਸਰਕਾਰ ਖਾਲਸਾ ਪੰਥ ਦਾ ਅਪਮਾਨ ਕਰਨ ਦੇ ਲਈ ਬਣੀ ਸੀ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਪੰਜਾਬੀਆਂ ਦੀ ਸ਼ਾਨ ਹੈ, ਭਾਈਚਾਰਕ ਸਾਂਝ ਦੀ ਪਛਾਣ ਹੈ, ਪਰ ਵਿਧਾਨ ਸਭਾ ਦੇ ਅੰਦਰ ਗੁਰੂ ਦੇ ਸਿੱਖ ਅਤੇ ਦਾੜੇ ਬਾਰੇ ਅਪਮਾਨ ਕੀਤਾ ਗਿਆ। ਗੁਰੂ ਦੀ ਬਖਸ਼ਿਸ਼ ਨਾਲ ਕਕਾਰਾਂ ਦੀ ਬਰਕਤ ਹੋਈ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਟਨਾ ਸਾਹਿਬ ਵਿਖੇ ਕੇਜਰੀਵਾਲ ਦਾ ਏਜੰਡਾ ਲੈ ਕੇ ਗਏ ਹਨ, ਪੰਜਾਬ ਦੇ ਮੁੱਦੇ 'ਤੇ ਨਹੀਂ ਗਏ ਬਲਕਿ ਦਿੱਲੀ ਸਰਕਾਰ ਦੇ ਖਿਲਾਫ਼ ਆਰਡੀਨੈਂਸ ਨੂੰ ਲੈ ਕੇ ਗਏ ਹਨ। ਉਹਨਾਂ ਦਾ ਕਹਿਣਾ ਕਿ ਸਾਡੀ ਪਾਰਟੀ ਵੱਲੋਂ ਪੱਕਾ ਪੂਰਨ ਵਾਈਕਾਟ ਕੀਤਾ ਜਾਵੇਗਾ। ਅਗਲੀ ਖਬਰ ਆ ਰਹੀ ਹੈ ਜੀ, ਪੰਜਾਬ ਦੇ ਵਿੱਚ ਬਦਲਿਆ ਮੌਸਮ ਦਾ ਮਿਜ਼ਾਜ, ਭਾਰੀ ਬਾਰਿਸ਼ ਦੀ ਚੇਤਾਵਨੀ, ਯੈਲੋ ਅਲਰਟ ਜਾਰੀ। ਪੰਜਾਬ ਅਤੇ ਚੰਡੀਗੜ੍ਹ ਦੇ ਵੱਡੇ ਹਿੱਸਿਆਂ ਦੇ ਵਿੱਚ ਰਾਤ ਤੋਂ ਪੈ ਰਹੇ ਤੇਜ਼ ਮੀਂਹ ਨੇ ਮੌਸਮ ਸੁਹਾਵਣਾ ਬਣਾ ਦਿੱਤਾ ਅਤੇ ਇਸ ਬਾਦਲੀ ਗਰਮੀ ਤੋਂ ਇੱਕ ਵਾਰ ਮੁੜ ਰਾਹਤ ਮਿਲੀ ਹੈ। ਪੰਜਾਬ ਵਿੱਚ ਹੀ ਨਹੀਂ ਪੂਰੇ ਮੁਲਕ ਵਿੱਚ ਇਸ ਵਾਰ ਗਰਮੀਆਂ ਦੀ ਸ਼ੁਰੂਆਤ ਥੋੜ੍ਹੀ ਦੇਰੀ ਦੇ ਨਾਲ ਹੋਈ, ਪਰ ਜੂਨ ਦਾ ਮਹੀਨਾ ਦੀ ਸ਼ੁਰੂਆਤ ਤਪਦੀ ਗਰਮੀ ਦੇ ਨਾਲ ਹੋਈ। ਮੀਂਹ ਤੋਂ ਬਾਅਦ ਜੂਨ ਦੇ ਮਹੀਨੇ ਦੇ ਵਿੱਚ ਹੁਣ ਤੱਕ ਤਾਪਮਾਨ 42 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਤਾਜ਼ਾ ਜਾਣਕਾਰੀ ਦੇ ਮੁਤਾਬਕ 24 ਤੋਂ ਲੈ ਕੇ 29 ਜੂਨ ਤੱਕ ਭਾਰੀ ਮੀਂਹ ਦੀ ਸੰਭਾਵਨਾ ਅਤੇ ਜਿਸ ਤੋਂ ਬਾਅਦ ਤਾਪਮਾਨ ਡਿੱਗਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮੌਸਮ ਵਿਭਾਗ ਦੇ ਮੁਤਾਬਕ ਮਿਲੀ ਜਾਣਕਾਰੀ ਦੇ ਮੁਤਾਬਕ ਵੈਟਰਨ ਡਿਸਟਰਬੈਂਸ ਦੇ ਚੱਲਦਿਆਂ ਪੰਜਾਬ ਨੂੰ ਮੁੜ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ 29 ਜੂਨ ਤੱਕ ਪੰਜਾਬ ਭਰ ਦੇ ਵਿੱਚ ਔਸਤਨ 10 mm ਮੀਂਹ ਪੈਣ ਦੀ ਸੰਭਾਵਨਾ। ਇੱਥੇ ਇਹ ਵੀ ਦੱਸ ਦਈਏ ਕਿ 30 ਜੂਨ ਤੋਂ 6 ਜੁਲਾਈ ਤੱਕ ਘੱਟ ਮੀਂਹ ਪਵੇਗਾ, ਜਿਸ ਤੋਂ ਬਾਅਦ ਤਾਪਮਾਨ ਦੇ ਵਿੱਚ ਵਾਧਾ ਦੇਖਿਆ ਜਾਵੇਗਾ। 5 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਹੈ ਸੰਭਾਵਨਾ। ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਜ਼ਿਲ੍ਹਾ ਰੂਪਨਗਰ, ਮੋਹਾਲੀ, ਨਵਾਂਸ਼ਹਿਰ, ਪਠਾਨਕੋਟ ਅਤੇ ਹੁਸ਼ਿਆਰਪੁਰ ਸ਼ਾਮਲ ਹਨ ਅਤੇ ਉੱਤੇ ਹੀ 24 ਜੂਨ ਤੋਂ ਮਾਝਾ, ਮਾਲਵਾ ਅਤੇ ਦੁਆਬਾ ਦੇ ਸੰਗਰੂਰ, ਲੁਧਿਆਣਾ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 25 ਤੋਂ ਲੈ ਕੇ 26 ਜੂਨ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਅਤੇ ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਕੇਂਦਰ ਸਰਕਾਰ ਨੇ ਲਾਗੂ ਕੀਤਾ ਨਵਾਂ ਨਿਯਮ, ਹੁਣ ਮਿਲੇਗੀ ਸਸਤੀ ਬਿਜਲੀ, ਸਿਰਫ 300 ਰੁਪਏ ਆਵੇਗਾ ਬਿੱਲ। ਤਾਂ ਦੋਸਤੋ, ਜੇ ਤੁਸੀਂ ਵੀ ਹਰ ਮਹੀਨੇ ਜ਼ਿਆਦਾ ਬਿਜਲੀ ਦਾ ਬਿੱਲ ਭਰ ਕੇ ਪਰੇਸ਼ਾਨ ਹੋ ਤਾਂ ਹੁਣ ਤੁਹਾਡੇ ਲਈ ਖੁਸ਼ਖਬਰੀ ਹੈ। ਹੁਣ ਸਰਕਾਰ ਨੇ ਅਜਿਹਾ ਕਦਮ ਚੁੱਕਿਆ ਜਿਸ ਤੋਂ ਬਾਅਦ ਤੁਹਾਡਾ ਬਿਜਲੀ ਦਾ ਬਿੱਲ ਕਾਫ਼ੀ ਘੱਟ ਹੋ ਜਾਵੇਗਾ। ਹਾਂ, ਤੁਹਾਨੂੰ ਟੈਨਸ਼ਨ ਲੈਣ ਦੀ ਬਿਲਕੁਲ ਵੀ ਲੋੜ ਨਹੀਂ ਹੈ। ਸਰਕਾਰ ਬਿਜਲੀ ਦਰਾਂ ਤੈਅ ਕਰਨ ਦੇ ਲਈ ਟਾਈਮ ਆਫ ਡੇ TOD ਦਾ ਨਿਯਮ ਲਾਗੂ ਕਰਨ ਜਾ ਰਹੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਦੇਸ਼ ਭਰ ਦੇ ਬਿਜਲੀ ਖਪਤਕਾਰ ਸੂਰਜੀ ਘੰਟਿਆਂ ਦਿਨ ਦੇ ਸਮੇਂ ਦੇ ਦੌਰਾਨ ਬਿਜਲੀ ਦੀ ਖਪਤ ਦਾ ਪ੍ਰਬੰਧਨ ਕਰਕੇ ਆਪਣੇ ਬਿਜਲੀ ਬਿੱਲਾਂ ਵਿੱਚ 20% ਤੱਕ ਦੀ ਬੱਚਤ ਕਰਨ ਦੇ ਯੋਗ ਹੋਣਗੇ। ਲਾਗੂ ਹੋਵੇਗਾ ਨਵਾਂ ਨਿਯਮ। ਦੱਸ ਦਈਏ ਕਿ ਨਵੇਂ ਨਿਯਮ TOD ਦੇ ਤਹਿਤ ਦਿਨ ਦੇ ਵੱਖ ਵੱਖ ਸਮੇਂ ਦੇ ਲਈ ਬਿਜਲੀ ਦੀਆਂ ਵੱਖ ਵੱਖ ਦਰਾਂ ਲਾਗੂ ਹੋਣਗੀਆਂ। ਇਸ ਪ੍ਰਣਾਲੀ ਦੇ ਲਾਗੂ ਹੋਣ ਦੇ ਨਾਲ ਗਾਹਕ ਉੱਚ ਬਿਜਲੀ ਦੀ ਖਪਤ ਵਾਲੇ ਕੰਮਾਂ ਤੋਂ ਬਚ ਸਕਣਗੇ, ਜਿਵੇਂ ਕਿ ਪੀਕ ਘੰਟੇ ਦੇ ਦੌਰਾਨ ਕੱਪੜੇ ਧੋਣ ਅਤੇ ਖਾਣਾ ਬਣਾਉਣਾ। ਇੰਝ ਤੁਸੀਂ ਬਿਜਲੀ ਦੇ ਬਿੱਲ ਨੂੰ ਘਟਾ ਸਕਦੇ ਹੋ। ਨਵੀਂ ਪ੍ਰਣਾਲੀ ਦੇ ਤਹਿਤ ਖਪਤਕਾਰ ਆਮ ਕੰਮ ਕਾਜੇ ਘੰਟਿਆਂ ਦੇ ਦੌਰਾਨ ਕੱਪੜੇ ਧੋਣ ਜਾਂ ਖਾਣਾ ਬਣਾਉਣ ਵਰਗੇ ਕੰਮ ਕਰਕੇ ਆਪਣੇ ਬਿਜਲੀ ਦੇ ਬਿੱਲ ਨੂੰ ਘੱਟ ਕਰਨ ਦੇ ਯੋਗ ਹੋਣਗੇ। TOD ਫੀਸ ਪ੍ਰਣਾਲੀ 1 ਅਪ੍ਰੈਲ 2024 ਤੋਂ 10 ਕਿਲੋ ਵਾਟ ਅਤੇ ਇਸ ਤੋਂ ਵੱਧ ਦੀ ਮੰਗ ਵਾਲੇ ਵਪਾਰਕ ਦੇ ਉਦਯੋਗਿਕ ਖਪਤ ਕਰਨ ਦੇ ਲਈ ਲਾਗੂ ਹੋਵੇਗੀ। ਇਹ ਨਿਯਮ 1 ਅਪ੍ਰੈਲ 2025 ਤੋਂ ਖੇਤੀਬਾੜੀ ਨੂੰ ਛੱਡ ਕੇ ਬਾਕੀ ਸਾਰੇ ਖਪਤਕਾਰਾਂ 'ਤੇ ਲਾਗੂ ਹੋਵੇਗਾ। ਹਾਲਾਂਕਿ ਸਮਾਰਟ ਮੀਟਰਾਂ ਵਾਲੇ ਖਪਤਕਾਰਾਂ ਦੇ ਲਈ TOD ਸਿਸਟਮ ਉਦੋਂ ਹੀ ਲਾਗੂ ਹੋਵੇਗਾ ਜਦੋਂ ਉਹ ਅਜਿਹੇ ਮੀਟਰ ਲਗਵਾਉਣਗੇ। ਬਿਜਲੀ ਮੰਤਰਾਲੇ ਨੇ ਦਿੱਤੀ ਹੈ ਇਹ ਜਾਣਕਾਰੀ। ਬਿਜਲੀ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਭਾਰਤ ਸਰਕਾਰ ਨੇ
ਬਿਜਲੀ ਨਿਯਮਾਂ 2020 ਦੇ ਵਿੱਚ ਸੋਧ ਕਰਕੇ ਮੌਜੂਦਾ ਬਿਜਲੀ ਦਰ ਪ੍ਰਣਾਲੀ ਦੇ ਵਿੱਚ ਦੋ ਵੱਡੇ ਬਦਲਾਅ ਕੀਤੇ ਹਨ। ਇਹ ਬਦਲਾਅ ਟਾਈਮ ਆਫ ਡੇ ਯਾਨੀ ਕਿ TOD ਟ੍ਰੈਫਿਕ ਸਿਸਟਮ ਦੀ ਸ਼ੁਰੂਆਤ ਅਤੇ ਸਮਾਰਟ ਮੀਟਰਾਂ ਦੇ ਨਾਲ ਸੰਬੰਧਿਤ ਵਿਵਸਥਾਵਾਂ ਨੂੰ ਤਰਕ ਸੰਗਤ ਬਣਾਉਣ ਦੇ ਨਾਲ ਸੰਬੰਧਿਤ ਹਨ। ਕੇਂਦਰੀ ਮੰਤਰੀ ਨੇ ਕਿਹਾ, ਸਾਰਿਆਂ ਨੂੰ ਹੋਵੇਗਾ ਵੱਡਾ ਫਾਇਦਾ। ਕੇਂਦਰੀ ਬਿਜਲੀ ਮੰਤਰੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ RK ਸਿੰਘ ਦਾ ਮੰਨਣਾ ਹੈ ਕਿ TOD ਪ੍ਰਣਾਲੀ ਯਕੀਨੀ ਤੌਰ 'ਤੇ ਖਪਤਕਾਰਾਂ ਅਤੇ ਬਿਜਲੀ ਪ੍ਰਦਾਤਾਵਾਂ ਨੂੰ ਲਾਭ ਪਹੁੰਚਾਏਗੀ। ਅਗਲੀ ਖਬਰ ਹੈ, ਪੰਜਾਬ ਦੇ ਵਿੱਚ 4 ਲੱਖ ਟਿਊਬਵੈੱਲ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ ਸਰਕਾਰ। ਜਾਣੋ ਕੀ ਹੈ ਯੋਜਨਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ ਸੂਬੇ ਦੇ ਵਿੱਚ ਟੀਲਾਂ ਦੇ ਉੱਤੇ ਆਖਰੀ ਖੇਤਾਂ ਤੱਕ ਨਹਿਰੀ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ ਅਤੇ ਕੱਲ੍ਹ ਇੱਥੇ ਜਾਰੀ ਬਿਆਨ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਕਾਰਜ ਦੇ ਲਈ ਵਚਨਬੱਧ ਹੈ। ਉਹਨਾਂ ਦਾ ਕਹਿਣਾ ਕਿ ਸੂਬਾ ਸਰਕਾਰ ਦੇ ਅੰਥਕ ਯਤਨਾਂ ਸਦਕਾ ਫਾਜ਼ਿਲਕਾ ਜ਼ਿਲ੍ਹੇ ਦੇ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਪਹਿਲਾਂ ਹੀ ਪਾਣੀ ਪਹੁੰਚਾਇਆ ਜਾ ਚੁੱਕਿਆ। ਪੰਜਾਬ ਸਰਕਾਰ ਨੇ ਸੂਬੇ ਦੇ ਨਰਮਾ ਕਾਸ਼ਤਕਾਰਾਂ ਦੇ ਨਾਲ 1 ਅਪ੍ਰੈਲ ਤੋਂ ਨਹਿਰੀ ਪਾਣੀ ਦੇਣ ਦਾ ਵਾਅਦਾ ਪੂਰਾ ਕੀਤਾ ਸੀ। ਮਿੱਥੇ ਸਮੇਂ ਦੇ ਉੱਤੇ ਉਹਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾ ਕੇ ਇਹ ਵਾਅਦਾ ਇਸ ਵਾਰ ਪੂਰਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਵਾਸਤੇ ਵੱਡੇ ਕਦਮ ਚੁੱਕ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਪੰਜਾਬ ਆਪਣੇ ਨਹਿਰੀ ਪਾਣੀ ਦੇ ਸਿਰਫ 33% ਤੋਂ ਲੈ ਕੇ 34% ਤੱਕ ਵਰਤੋਂ ਕਰ ਰਿਹਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਵਿੱਚ ਹੋਰ ਇਜਾਫਾ ਕੀਤਾ ਜਾਵੇਗਾ। ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਹੈ ਕਿ ਜੇਕਰ ਪੰਜਾਬ ਪਹਿਲੇ ਪੜਾਰੇ ਵਿੱਚ ਨਹਿਰੀ ਪਾਣੀ ਦੀ ਵਰਤੋਂ ਨੂੰ 60% ਤੱਕ ਵਧਾ ਦਿੱਤਾ ਜਾਵੇ ਤਾਂ ਕੁੱਲ 14 ਲੱਖ ਦੇ ਵਿੱਚੋਂ ਕਰੀਬ 4 ਲੱਖ ਟਿਊਬਵੈੱਲ ਬੰਦ ਹੋ ਸਕਦੇ ਹਨ, ਜਿਸ ਨਾਲ ਪਾਣੀ ਦੀ ਬਚਤ ਵਿੱਚ ਮਦਦ ਮਿਲੇਗੀ।